ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸਭ ਦੋਸਤਾਂ ਮਿੱਤਰਾਂ ਤੇ ਕਿਸਾਨ ਵੀਰਾਂ ਨੂੰ ਅਸਲਾਮੁਅਲੈਕੁਮ ਤੁਸੀਂ ਵੇਖਦੇ ਪਿਓ ਆਪਣਾ YouTube ਚੈਨਲ NKK Animals TV ਤੇ ਮੈਂ ਤੁਹਾਡਾ ਵੀਰ ਖਾਲਿਦ ਮਿਸਾਲੀ ਅੱਜ ਮੈਂ ਜਾਨਵਰਾਂ ਦੇ ਥਨ ਜਾਨਵਰਾਂ ਦਾ ਚੱਡਾ ਜਾਨਵਰਾਂ ਦਾ ਹੈਵਾਨਾ ਤੇ ਉਹਦਾ ਸਾਈਜ਼ ਵੱਡਾ ਕਰਨ ਲਈ ਇੱਕ ਦੇਸੀ ਨੁਸਖਾ ਆਪਣੇ ਕਿਸਾਨ ਵੀਰਾਂ ਨਾਲ ਸ਼ੇਅਰ ਕਰਾਂਗਾ ਦੋਸਤੋ ਥਨਾਂ ਦਾ ਹੈਵਾਨੇ ਦਾ ਚੱਡੇ ਦਾ ਸਾਈਜ਼ ਜਿੰਨਾ ਵੱਡਾ ਹੋਵੇਗਾ ਸਾਡੇ ਜਾਨਵਰ ਦਾ ਦੁੱਧ ਉਹਨਾਂ ਜ਼ਿਆਦਾ ਹੋਵੇਗਾ। ਚੱਡਾ ਜਿੰਨਾ ਜ਼ਿਆਦਾ ਵੱਡਾ ਹੋਵੇਗਾ ਉਹਦੇ ਵਿੱਚ ਬਲੱਡ ਸਰਕੂਲੇਸ਼ਨ ਖੂਨ ਦੀ ਜਿਹੜੀ ਗਰਦਿਸ਼ ਹੈ ਨਾ ਉਹ ਜ਼ਿਆਦਾ ਹੋਵੇਗੀ। ਬਲੱਡ ਸਰਕੂਲੇਸ਼ਨ ਜਿੰਨਾ ਜ਼ਿਆਦਾ ਹੋਵੇਗਾ ਜਾਨਵਰ ਉਹਨਾਂ ਜ਼ਿਆਦਾ ਦੁੱਧ ਬਣਾਵੇਗਾ। ਨੁਸਖੇ ਵੱਲ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਜਿਹੜੇ ਸਾਡੇ ਦੋਸਤ ਵੀਰ ਸੱਜਣ ਵੀਰ ਸਾਡੇ ਚੈਨਲ ਨੂੰ ਪਹਿਲੀ ਵਾਰੀ ਵੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਜੋ ਸਾਡੇ ਚੈਨਲ ਤੇ ਅਪਲੋਡ ਹੋਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਟਾਈਮਲੀ ਤੁਹਾਨੂੰ ਰਸੀਵ ਹੋ ਸਕੇ ਨੁਸਖਾ ਬਣਾਉਣ ਲਈ ਜਿਹੜੀਆਂ ਸ਼ੈਵਾਂ ਅਸੀਂ ਇਸਤੇਮਾਲ ਕਰਾਂਗੇ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਉਹ 1/2 ਕਿਲੋ ਚਨੇ ਤੁਸੀਂ ਲੈਣੇ ਨੇ 500 ਗ੍ਰਾਮ ਚਨੇ ਲੈਣੇ ਨੇ ਚਨੇ ਦੇ ਵਿੱਚ ਵਿਟਾਮਿਨ H ਜਿਹੜਾ ਹੈ ਬਹੁਤ ਜ਼ਿਆਦਾ ਮਿਕਦਾਰ ਦੇ ਵਿੱਚ ਮੌਜੂਦ ਹੁੰਦਾ ਵਾ ਵਿਟਾਮਿਨ H ਜਿਹੜਾ ਹੈ ਜਾਨਵਰ ਦੇ ਦੁੱਧ ਵਿਧਾਨ ਵਿੱਚ ਜਾਨਵਰ ਦੀ ਹੈਲਪ ਕਰਦਾ ਵਾ ਜਾਨਵਰ ਦੀ ਮਦਦ ਕਰਦਾ ਵਾ ਨੰਬਰ 2 ਤੇ ਜਿਹੜੀ ਸ਼ੈ ਤੁਸੀ ਇਸਤੇਮਾਲ ਕਰਨੀ ਹੈ ਉਹ ਹੈ ਜੀ ਮੋਂਗਫਲੀ ਦਾ ਤੇਲ ਉਹ ਤੁਸੀ ਲੈਣਾ ਹੈ ਜੀ 100 ਮਿਲੀਲੀਟਰ ਯਾਨੀ ਕਿ ਦੂਸਰੇ ਲਫ਼ਜ਼ਾਂ 100 ਗ੍ਰਾਮ ਤੁਸੀ ਲੈਣਾ ਹੈ ਦੋਸਤੋ ਮੋਂਗਫਲੀ ਦੇ ਵਿੱਚ ਵੀ ਜਿਹੜਾ ਨਾ ਵਿਟਾਮਿਨ ਐਚ ਜਿਹੜਾ ਹੈ ਕਾਫੀ ਜ਼ਿਆਦਾ ਮਿਕਦਾਰ ਚ ਮੌਜੂਦ ਹੁੰਦਾ ਵਾ ਤੇ ਵਿਟਾਮਿਨ ਐਚ ਜਿਹੜਾ ਮੱਝਾਂ ਗਾਵਾਂ ਦਾ ਚੱਡਾ ਵੱਡਾ ਕਰਨ ਲਈ ਤੇ ਉਹਨਾਂ ਦੇ ਦੁੱਧ ਦੀ ਜਿਹੜੀ ਮਿਕਦਾਰ ਜ਼ਿਆਦਾ ਕਰਨ ਲਈ ਕਾਰਗਰ ਸਾਬਤ ਹੁੰਦਾ ਵਾ ਨੰਬਰ 3 ਤੇ ਅਸੀਂ ਇਸਤੇਮਾਲ ਕਰਾਂਗੇ ਜੀ ਕੱਚਾ ਨਾਰੀਅਲ ਪੁਰਾਣੇ ਜ਼ਮਾਨੇ ਵਿੱਚ ਸਾਡੇ ਹਕੀਮ ਹਜ਼ਰਤ ਜਾਨਵਰਾਂ ਦਾ ਚੱਡਾ ਵੱਡਾ ਕਰਨ ਲਈ ਕੱਚੇ ਨਾਰੀਅਲ ਦਾ ਇਸਤੇਮਾਲ ਕਰਵਾਂਦੇ ਸਨ ਕਿਸਾਨ ਵੀਰੋ ਚੌਥੀ ਚੀਜ਼ ਅਸੀਂ ਵਿਟਾਮਿਨ ਐਚ ਦੇ ਕੈਪਸੂਲ ਇਸਤੇਮਾਲ ਕਰਾਂਗੇ ਵਿਟਾਮਿਨ ਐਚ ਦੇ ਕੈਪਸੂਲ ਕਿਸੇ ਵੀ ਤੁਸੀਂ ਮੈਡੀਕਲ ਸਟੋਰ ਤੋਂ ਉਹ ਪਾਵੇਂ ਇਨਸਾਨਾਂ ਦਾ ਹੈ ਪਾਵੇਂ ਜਾਨਵਰਾਂ ਦਾ ਮੈਡੀਕਲ ਸਟੋਰ ਹੈ ਤੁਹਾਨੂੰ ਉੱਥੋਂ ਲੱਭ ਜਾਏਗਾ ਅਗਰ ਤੁਹਾਨੂੰ ਕੈਪਸੂਲ ਨਹੀਂ ਲੱਭਦਾ ਤੇ ਫਿਰ ਤੁਸੀਂ سیرਪ ਵੀ ਇਸਤੇਮਾਲ ਕਰਵਾ ਸਕਦੇ ਹੋ ਨੁਸਖਾ ਤਿਆਰ ਕਰਨ ਦਾ ਤਰੀਕਾ ਕੁਝ ਇਸ ਤਰ੍ਹਾਂ ਹੈ 1/2 ਕਿਲੋ ਚਨੇ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣੇ ਨੇ ਸਵੇਰ ਉੱਠ ਕੇ ਚਨੇ ਪਾਣੀ ਵਿੱਚੋਂ ਕੱਢ ਕੇ ਅਲੱਗਾ ਕਰ ਲੈਣੇ ਨੇ ਕੱਚਾ ਜਿਹੜਾ ਨਾਰੀਆ ਲੈ ਉਹਨੂੰ ਤੁਸੀਂ ਬਾਰੀਕ ਕਦੂਕਸ਼ ਕਰ ਲੋਗੇ ਯਾਨੀ ਕਿ ਉਹਦੇ ਬਾਰੀਕ ਬਾਰੀਕ ਉਹਦੇ ਟੁਕੜੇ ਕਰ ਲੋਗੇ ਇਹਨਾਂ ਸਾਰੀਆਂ ਸ਼ੈਅਾਂ ਨੂੰ ਉਹ ਕਿゼ ਸਾਫ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਇਹ ਮੇਰੇ ਕਿਸਾਨ ਵੀਰਾਂ ਕੋਲੇ ਇੱਕ ਜਾਨਵਰ ਲਈ ਇੱਕ ਦਿਨ ਦੀ ਖੁਰਾਕ ਬਣ ਜਾਏਗੀ ਇਹ ਫਾਰਮੂਲਾ ਤੁਸੀਂ ਆਪਣੇ ਜਾਨਵਰਾਂ ਨੂੰ ਜਿਹੜੇ ਗੱਭਨ ਜਾਨਵਰ ਨੇ ਉਹਨਾਂ ਨੂੰ ਇੱਕ ਮਹੀਨਾ ਪਹਿਲੇ ਸੋਣ ਤੋਂ ਇੱਕ ਮਹੀਨਾ ਪਹਿਲੇ ਸ਼ੁਰੂ ਕਰਵਾਓਗੇ ਜਦੋਂ ਤੁਹਾਡੇ ਜਾਨਵਰ ਦੀ ਡਿਲੀਵਰੀ ਹੋ ਜਾਏ ਤੁਸੀਂ ਇਹ ਨੁਸਖਾ ਜਿਹੜਾ ਨਾ ਬੰਦ ਕਰਵਾ ਦਿਓਗੇ ਇਨਸ਼ਾਅੱਲਾ ਮੱਝਾਂ ਗਾਵਾਂ ਦਾ ਚੱਡਾ ਜਿਹੜਾ ਉਹ ਖੂਬਸੂਰਤ ਵੀ ਹੋ ਜਾਏਗਾ ਤੇ ਉਹਦਾ ਜਿਹੜਾ ਸਾਈਜ਼ ਹੈ ਉਹ ਵੀ ਵੱਧ ਜਾਏਗਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਰੱਬ ਸੋਣੇ ਦੇ ਹਵਾਲੇ